ਹੱਟ ਵਜੋ ਖੁਦਾ ਦਾ ਵਾਸਤਾ ਇਹ ਪੜ ਕੇ ਦਾ ਹੱਟ ਵਜੋ ਏ ਬਾਜੀ ਬੋ ਅੱਲਾ ਦੇ ਬੰਦੇ ਜਨਾਬ ਸੀ ਮੁਹੰਮਦ ਨਵਾਜ਼ ਦੇ ਨਾਂ ਦੇ ਪਿਆ ਮਾਸ਼ਾਅੱਲਾ ਇਹ ਕਿੱਥੋਂ ਜਗ੍ਹਾ ਸਰ ਜੀ ਇਹ ਜਨਾਬ ਸੀ ਲਈ ਦੇ ਜਨਾਬ ਸੀ ਬੰਦੇ ਕਿ ਸਾਹਮਣੇ ਤੋਂ ਲਿਖੇ ਨੇ ਪਏ ਇਹ ਇਹਨਾਂ ਬਜ਼ੁਰਗਾਂ ਦਾ ਨਾਂ ਦੇ ਮੁਹੰਮਦ ਨਵਾਜ਼ ਦੇ ਪਏ ਜਨਾਬ ਸੀ ਮਾਸ਼ਾਅੱਲਾ ਬਹੁਤ ਸੋਹਣਾ ਨਾਂ ਦੇ ਮੇਰਾ ਡਾਂਸ ਨਹੀਂ ਵਜੋਂ ਵੜੀ ਤਾਂ ਮੈਂ ਫੇਰ ਲੱਗਿਆ ਪਹਿਲੇ ਪ੍ਰਚਾਰ ਵਾਲਾ ਚੁੱਪ ਸੀ ਪਿੱਛੇ ਜੀ ਆਦਾ ਬਣਾ ਲਿਆ ਸਹੀ ਕਾਰ ਦਾਦਾ ਤੁਰ ਫਿਰੀ ਦਾਦਾ ਦਾਦਾ ਛੋ ਫਜ਼ਲ ਦਾ ਟੁਰ ਟੁਰ ਕਿਉਂ ਥੱਕਾ ਵਜੇ ਚਾਚਾ ਦੀ ਵੀਡੀਓ ਪਿਆ ਮੇਜਾ ਹਟ ਮੰਨੇ ਅਬਦੁੱਲਾ ਬਾਏ ਜੀ ਤੇ ਦਿਨਾਂ ਦੂਰ ਮਾਮਾ ਸਾਰੇ ਮਸਾਲ ਦੀ ਪਿਆ ਦੀ ਨੇ ਮੇਲੇ ਸੇ ਤੇ ਦੇ ਬੈਠੀ ਇਹ ਇਹ ਮਾਲ ਵਾਲਾ ਇਹ ਮਾਮ ਪਤਾ ਨਹੀਂ ਇੰਤ ਲੁੰਗਾ ਹਰ ਕਿਸਮ ਦੀ ਜਨਾਬ ਸੀ ਸਾਰੇ ਇਲਾਕੇ ਦੇ ਸੇਬ ਦੇ ਇਹ ਆਵਾਮ ਜਨਾਬ ਸੀ ਪਈ ਹੈ ਇੱਦਾਂ ਖੱਟੇ ਮਿੱਠੇ ਕੁਲਫੇ ਜਨਾਬ ਸਾਈਂ ਇਹ ਹਰ ਕਿਸਮ ਦੀ ਜਨਾਬ ਸੀ ਕੁਲਫੇ ਸੁਲਫੇ ਨਾਲ ਇੱਥੇ ਲਈ ਪਾਏ ਜਨਾਬ ਸਾਈਂ ਇਹ ਸਵੇਜਨ ਜਨਾਬ ਸੀ ਇਹ ਮਿੱਠੇ ਪਾਣੀ ਵਾਲੇ ਵੀ ਜਨਾਬ ਸੀ ਇੱਥੇ ਆਏ ਖੜੇ ਰਹਿਣ ਕਿਉਂ ਇਹ ਇਤਨਾ ਮਿੱਠਾ ਪਾਣੀ ਮਾਸ਼ਾਅੱਲਾ ਵਿਕਦੇ ਇਹਨਾਂ ਦਾ ਬੜੇ ਸਮਝ ਵੀ ਨੋਟ ਸੋਟ ਮਹੀਨੇ ਨੇ ਜਨਾਬ ਸਾਈਂ ਮਾਸ਼ਾਅੱਲਾ ਕਿਉਂ ਬਹੁ ਗਰਮੀ ਸਦੀ ਜ਼ਿਆਦਾ ਹੈ ਭਾਈ ਉਹਦੀ ਵਜ੍ਹਾ ਤੋਂ ਜਨਾਬ ਸੀ ਇਹ ਅਸਾਂ ਹੁਣ ਇਹ ਜਨਾਬ ਸੀ ਠੱਡਾ ਉਹਨਾਂ ਕੋਲੋਂ ਪਾਣੀ ਪੀਂਦੇ ਪਏ ਹਾਂ ਕਿਉਂ ਜਿਹੜੇ ਵੀ ਅਸਾਂ ਟਾਈਮ ਚੁੱਪ ਕਰ ਗਏ ਹਾਂ ਇਹ ਡਿੱਠੇ ਵੇ ਅਸਾਂ ਉਹਨਾਂ ਕੋਲੋਂ ਪਾਣੀ ਪੀਂਦੇ ਖੜੇ ਹਾਂ ਇਹ ਉਸਤਾਦ ਸਾਹਿਬ ਉਹਨਾਂ ਕੋਲੋਂ ਬੜਾ ਜ਼ਬਰਦਸਤ ਪਾਣੀ ਹੈ ਜਨਾਬ ਸੀ ਸ਼ਿਕੰਜੀ ਵਾਲਾ ਜਨਾਬ ਸੀ ਸਾਰੇ ਪਾਕਿਸਤਾਨ ਵਿੱਚ ਬੜਾ ਮਸ਼ਹੂਰ ਤਰੀਨ ਪਾਣੀ ਆਉਂਦਾ ਜਨਾਬ ਸੀ ਕਿਉਂ ਬਹੁਤ ਗਰਮੀ ਬਹੁਤ ਜ਼ਿਆਦਾ ਹੈ ਉਹਦੀ ਵਜ੍ਹਾ ਤੋਂ ਚਲੋ ਵੀ ਲੋਕ ਆਉਂਦੇ ਨੇ
ਪਾਣੀ ਵੀ ਪੀਂਦੇ ਨੇ ਬੜਾ ਮਜ਼ੇਦਾਰ ਜਨਾਬ ਸਾਈਂ, ਮਿੱਠਾ ਪਾਣੀ ਆਉਂਦੇ ਅਤੇ ਜਿਹੜਾ ਵਿੱਚ ਨਿੰਬੂ ਸੱਟ ਵੇਂਦੇ ਇਹ ਜਨਾਬ ਸਿੰਘ ਤੋਰੀ ਕਹਿੰਦੇ ਆਪਾਂ ਹੈ ਅਤੇ ਬੜੀ ਆਵਾਮ ਇਤਨਾ ਜਨਾਬ ਸਿੰਘ ਦੇਖੋ ਕਿਉਂ ਜ਼ਿਆਦਾ ਤੋਰੀ ਦੇ ਇਤਨਾ ਬਜ਼ੁਰਗ ਆਦਮੀ ਜ਼ਿਆਦਾ ਹੋਣ ਪਏ ਅਤੇ ਸ਼ੌਂਕ ਬਜ਼ੁਰਗ ਆਦਮੀ ਜ਼ਿਆਦਾ ਰੱਖੇ ਨੇ ਚੀਜ਼ ਦਾ। ਸਾਈਡ ਤੋਂ ਇਹ ਖਣਿਆ ਹੈ ਬਈ ਸਾਈਡ ਫਿਰ ਕਾਕਾ ਟੁਰ ਫਿਰ